ਬਾਈ ਜਨਵਰੀ ਨੂੰ ਸ਼੍ਰੀ ਰਾਮ ਜੀ ਦਾ ਜੋ ਤੀਰਥ ਸਥਾਨ ਹੋ ਰਿਹਾ ਉਸ 'ਤੇ ਉਪਲਬਧ ਨੇ ਜੋ ਸਰਕਾਰ ਨੇ ਨੈਸ਼ਨਲ ਸਟਾਕ ਨੇ ਰਾਤ ਕੋ ਲੇਟ ਰਾਤ ਛੁੱਟੀ ਘੋਸ਼ਿਤ ਕੀ ਹੈ। ਅਤੇ ਸਟਾਕ ਘੱਟੋ 700,000 ਬੰਦਾ ਇੰਪਲਾਈ ਹੈ ਤੋ ਸਾਰੇ ਸੋਮਵਾਰ ਨੂੰ ਛੁੱਟੀ ਹੋਏਗੀ। ਬੇਸ਼ੱਕ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 22 ਜਨਵਰੀ ਨੂੰ ਅਯੋਧਿਆ ਵਿਖੇ ਭਗਵਾਨ ਸ਼੍ਰੀ ਰਾਮ ਮੰਦਰ ਦੇ ਸ਼ੁਭਾਰੰਭ ਨੂੰ ਲੈ ਕੇ ਕੇਂਦਰੀ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ, ਪਰ ਬਾਵਜੂਦ ਇਸ ਦੇ ਪੰਜਾਬ ਵਿੱਚ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਸਰਕਾਰੀ ਅਦਾਰੇ 'ਚ ਛੁੱਟੀ ਦਾ ਐਲਾਨ ਨਹੀਂ ਕੀਤਾ। ਉੱਧਰ ਲੁਧਿਆਣਾ ਸਟੋਕ ਐਕਸਚੇਂਜ ਦੀ ਗੱਲ ਕਰੀਏ ਤਾਂ ਉੱਥੇ ਸਟੋਕ ਐਕਸਚੇਂਜ ਦੇ ਵਿੱਚ 22 ਤਰੀਕ ਨੂੰ ਬੰਦ ਰਹੇਗੀ। ਉੱਧਰ ਇਸ ਬਾਬਤ ਚੇਅਰਮੈਨ ਤਰਭੂਵਨ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਅਯੋਧਿਆ ਵਿਖੇ ਮੰਦਿਰ ਦਾ ਸ਼ੁਭਾਰੰਭ ਹੋਣ ਜਾ ਰਿਹਾ, ਜਿਸ ਨੂੰ ਲੈ ਕੇ ਸਟੋਕ ਐਕਸਚੇਂਜ ਬੰਦ ਰਹੇਗੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਲਾਈਟਿੰਗ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਤਿਉਹਾਰ ਨੂੰ ਦੀਵਾਲੀ ਦੀ ਤਰ੍ਹਾਂ ਮਨਾਇਆ ਜਾਵੇਗਾ। ਇਸ ਮੌਕੇ ਉਹਨਾਂ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। TS ਥਾਪਰ ਸਰ, ਕੀ ਰੈਂਕ ਆ, ਕਿਹੜੀ ਡਿਵੀਜ਼ਨ? ਮੈਂ ਲੁਧਿਆਣਾ ਸਟਾਕ ਐਂਡ ਕੈਪੀਟਲ ਦਾ ਚੇਅਰਮੈਨ ਹਾਂ। ਸਰ, ਸਟਾਕ ਐਕਸਚੇਂਜ ਵੀ ਸੁਣਨ ਦੇ ਵਿੱਚ ਆਇਆ ਕਿ 22 ਜਨਵਰੀ ਨੂੰ ਜਿਹੜੀਆਂ ਨੇ ਬੰਦ ਰਹਿਣੀਆਂ ਨੇ, ਕੀ ਕਾਰਨ ਆ? 22 ਜਨਵਰੀ ਨੂੰ ਸ਼੍ਰੀ ਰਾਮ ਜੀ ਦਾ ਜੋ ਤੀਰਥ ਸਥਾਨ ਹੋ ਰਿਹਾ ਹੈ ਉਸ 'ਤੇ ਉਪਲਬਧ ਨੇ ਜੋ ਸਰਕਾਰ ਨੇ ਨੈਸ਼ਨਲ ਸਟਾਕ ਐਕਸਚੇਂਜ ਨੇ ਰਾਤ ਕੋ ਲੇਟ ਰਾਤ ਛੁੱਟੀ ਘੋਸ਼ਿਤ ਕੀ ਹੈ ਔਰ ਉਸਕੇ ਲੀਏ ਸਭ ਲੋਕ ਅਬ ਸਰਕਾਰ ਕਾ ਵੀ ਧੰਨਵਾਦ ਕਰਤੇ ਹੈ ਤਾਂ ਕਿ ਪ੍ਰੋਬਲਮ ਹੋਣੀ ਥੀ ਉਧਰ ਟ੍ਰੇਡਿੰਗ ਹੋਤੀ ਉਸ ਤਰਫ ਰਾਮ ਜੀ ਕਾ ਪ੍ਰੋਗਰਾਮ ਥਾ ਅਬ ਲੋਕ ਬੜੇ ਉਤਸਾਹ ਔਰ ਬੇਫਿਕਰ ਹੋ ਕੇ ਉਸ ਚੀਜ਼ ਕਾ ਪਰਬ ਕਾ ਆਨੰਦ ਉਠਾਏਗੇ। ਸਰ, ਕਿੰਨੇ ਕੁ ਇੰਪਲਾਈ ਜਿਹੜੇ ਨੇ ਤੁਹਾਡੀ ਇਸ ਸਟੋਕ ਐਕਸਚੇਂਜ ਕਾਰੋਬਾਰ ਨਾਲ ਜੁੜੇ ਹੋਏ ਨੇ ਜਾਂ ਫਿਰ ਕਿੰਨੇ ਕੁ ਲੋਕ ਜਿਹੜੇ ਨੇ ਇਸ ਨਾਲ ਜੁੜੇ ਹੋਏ ਨੇ ਜਿਨ੍ਹਾਂ ਲਈ ਖੁਸ਼ਖਬਰੀ ਵੱਡੀ ਖੁਸ਼ਖਬਰੀ? ਅਤੇ ਸਟੋਕ ਐਕਸਚੇਂਜ ਘੱਟੋ 800,000 ਬੰਦਾ ਇੰਪਲਾਈ ਹੈ ਤੋ ਉਹ ਸਾਰੇ ਸੋਮਵਾਰ ਨੂੰ ਛੁੱਟੀ ਹੋਏਗੀ, ਪਰ ਅਸੀਂ ਇੱਥੇ ਆਵਾਂਗੇ। ਅਸੀਂ ਆਪਣਾ ਪੂਰਾ ਇੰਤਜ਼ਾਮ ਕੀਤਾ ਆ, ਤੁਹਾਡਾ ਲੰਗਰ ਪਾਣੀ ਹੋ ਜੇ ਵੋ ਜਿਹੜਾ ਵੀ ਉੱਥੇ ਲਾਈਵ ਪ੍ਰੋਗਰਾਮ ਚੱਲੂਗਾ ਉਹ, ਇਸ ਕਰਕੇ ਬੁਲਾਈ ਵੀ ਆ ਜਾਣ, ਕੰਪਲਸਨ ਨਹੀਂ ਹੈ ਉਹਨਾਂ ਨੂੰ, ਪਰ ਉਹ ਆ ਸਕਦੇ ਆ। ਮੈਂਬਰ ਸਾਹਿਬ ਆਉਣਗੇ ਇੱਥੇ ਗੁਣਗਾਨ ਕਰਨਗੇ ਰਾਮ ਜੀ ਦਾ। ਕੋਈ ਵੱਡੀ ਸਕਰੀਨ ਦਾ ਵੀ? ਹਾਂ, ਸਭ ਕੀਤਾ ਹੈ, ਲਾਈਟਨਿੰਗ ਕੀਤੀ ਹੋਈ ਹੈ, ਤੁਸੀਂ ਦੇਖ ਲਓ। ਲੋਕਾਂ ਨੂੰ ਕੀ ਸੁਨੇਹਾ? ਲੋਕਾਂ ਨੂੰ ਸੁਨੇਹਾ ਇਹ ਹੈ ਕਿ ਤੁਸੀਂ ਸੋਮਵਾਰ ਨੂੰ ਪ੍ਰਭੂ ਦੇ ਗੁਣ ਗਾਓ, ਰਾਮ ਜੀ ਦੇ ਗੁਣ ਗਾਓ, ਤਾਂ ਕਿ ਜੋ ਪਾਪ 'ਤੇ ਹਮੇਸ਼ਾ ਹੀ ਉਹਨਾਂ ਨੇ ਜਿੱਤ ਪਾਈ ਹੈ ਅਤੇ ਪਾਪ ਖਤਮ ਹੋਵੇ, ਪੁੰਨ ਹੋਵੇ, ਪੂਰਾ ਲੋਕ ਇਸ ਚੀਜ਼ ਦਾ ਆਨੰਦ ਉਠਾ, ਰਾਮ ਦਾ ਜੈ ਜੈਕਾਰ ਹੋਵੇ।